ਦੋ ਤਿੰਨ ਬੰਦ ਹੋ ਗਿਆ, ਬੰਦ ਹੋ ਗਿਆ, ਬੰਦ ਹੋ ਗਿਆ, ਬੰਦ ਹੋ ਗਿਆ, ਬੰਦ ਹੋ ਗਿਆ। ਹਾਂਜੀ ਮਿੱਤਰੋ, ਕਿਵੇਂ ਜੀ ਸਾਰੇ? ਹੋਪ ਸਾਰੇ ਘੈਂਟ ਹੋਗੇ। ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਦਿਵਰਾਜ ਵਲੌਗਸ ਤੇ। ਔਰ ਆਪਾਂ ਆਏ ਸੀਗੇ ਜੀ, ਅੱਜ ਆਪਾਂ ਟੋਚਨ ਪਾਉਂਦੇ ਹਾਂ ਹਨਾ ਸਪਲੈਂਡਰ ਨਾਲ, ਅਤੇ ਬਾਕੀ ਆ ਆਪਾਂ ਸਿਟੀ ਹੰਡਰਡ ਲੈ ਕੇ ਆਏ ਹਾਂ। ਅੱਜ ਆਪਣੇ ਨਾਲ ਹਰਵੀਰ ਆ ਅਤੇ ਕਹਿੰਦੇ ਸੈਮੀ ਥਾਪਰ ਆ, ਅਤੇ ਆਪਾਂ ਹੁਣ ਆਪਾਂ ਸਿਟੀ ਹੰਡਰਡ ਇੰਨਾ ਪਹਿਲਾਂ ਪੁੱਠੇ ਪੰਗੇ ਵੀ ਲਵਾਂਗੇ, ਉਹ ਵੀ ਅੱਜ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ, ਅਤੇ ਟੋਚਨ ਪਾਵਾਂਗੇ ਉਹ ਵੀ ਦਿਖਾਵਾਂਗੇ। ਇਹ ਜੇ ਫੀਚਰ ਆ ਰਿਹਾ, ਫੀਚਰ ਦਿਖਾਉਂਦੇ ਖੜ ਜੋ, ਬੈਕ ਕੈਮਰਾ ਕਰ ਲਈਏ। ਆਹ ਦੇਖੋ ਜੀ, ਜਦੋਂ ਬੰਦ ਕਰ ਲਿਆ ਨਾ ਹੁਣ ਇਹਨੂੰ ਆਫ 'ਤੇ ਰੱਖਣਾ, ਜਦ ਇਹਨੂੰ ਚਲਾਉਣਾ ਫਿਰ ਇਹਨੂੰ ਆਨ 'ਤੇ ਕਰ। ਹਾਂ, ਇਹ ਨਾਲ ਇਹ 'ਚ ਇੱਕ ਰਾਈਡ ਕੰਟਰੋਲ ਆ ਜੀ, ਇਹ ਜੇ ਜ਼ਿਆਦਾ ਰੇਸ ਦੇ ਦਿਓ ਬਿਨਾਂ ਰਾਈਡ ਕੰਟਰੋਲ ਔਨ ਆਫ ਔਨ ਕੀਤੇ ਤਾਂ ਇਹਨੇ ਮੁੱਦਾ ਹੋ ਜਾਊਗਾ, ਇਹ ਮੁੱਦਾ ਹੋ ਜਾਊਗਾ ਫਿਰ ਹਨਾ। ਹਾਂ, ਥੱਲੇ ਨਹੀਂ ਆਉਂਦਾ ਫਿਰ ਇਹ ਨਵਾਂ ਡਰਾਈਵਰ ਦਿੱਤਾ ਹੋਇਆ। ਅਤੇ ਬਾਕੀ ਆਹ ਤੁਸੀਂ ਸੋਚ ਰਹੇ ਹੋਗੇ ਜੰਗਾਲ ਲੱਗਾ, ਇਹ ਜੰਗਾਲ ਨਹੀਂ ਆ, ਕਰੋਮ ਪੇਂਟ ਕਰਾਇਆ ਅਸੀਂ, ਕਰੋਮ ਪੇਂਟ ਇਹ ਸਪੈਸ਼ਲ। 1 ਮਿਲੀਅਨ ਬੈਂਕ 'ਚ ਨਹੀਂ ਵਧੀਆ ਲੱਗਦਾ, ਇਹ ਤੇ ਲਾਇਆ ਚੰਗਾ। ਹਾਂ, ਇਹ ਤੇ ਲਾਇਆ ਚੰਗਾ ਲੱਗ ਰਿਹਾ ਨਾ, 1 ਮਿਲੀਅਨ ਦੱਸ ਹੁਣ ਬੈਂਕ 'ਚ ਕਿ ਇਹ ਤੇ ਵਧੀਆ ਲੱਗ ਰਿਹਾ ਲੱਗਾ 1 ਮਿਲੀਅਨ। ਪਿੱਛੋਂ ਵੀ 1 ਮਿਲੀਅਨ ਲਵਾਇਆ ਇਹਦੇ ਤੇ ਆਪਾਂ, ਸੀਟ ਕਵਰ ਵੀ 1 ਮਿਲੀਅਨ ਵਾਲਾ ਹੀ ਆ, 1 ਮਿਲੀਅਨ ਵਾਲਾ। ਤੇ ਬਾਕੀ ਅੱਜ ਆਪਾਂ 1 ਮਿਲੀਅਨ ਦੇ ਮੋਟਰਸਾਈਕਲ ਨਾਲ 2 ਮਿਲੀਅਨ ਵਾਲਾ ਮੋਟਰਸਾਈਕਲ ਖਿੱਚਾਂਗੇ ਤੇ ਦੇਖਦੇ ਆ ਕੀ ਬਣਦਾ, ਤੇ ਬਾਕੀ ਟਾਇਰ ਤਾਂ ਨਿਊ ਹੀ ਆ ਹਨਾ। ਬਾਕੀ ਗਾਇਸ, ਆਪਾਂ ਉਰੇ ਆਈਪੈਡ ਰੱਖਣਾ ਹੁੰਦਾ ਤਾਂ ਕਰਕੇ। ਹਾਂ, ਇੱਥੇ ਆਈਪੈਡ ਰੱਖਣਾ ਸੀ ਤਾਂ ਇੱਥੇ ਮੁੱਕੀ ਮਾਰਤੀ ਸੀ ਮਾੜੀ ਜੀ, ਉਹ ਥੋੜਾ ਜੀਜਾ ਕਰ ਰਹੇ ਤੇ ਮੁੱਕੀ ਮਾਰੀ, ਇੱਥੇ ਫੋਨ ਰੱਖਣ ਨੂੰ ਥਾਂ ਮਾਰੀ ਆ, ਫੋਨ ਰੱਖ ਦੇਦਾ। ਫੋਨ ਫਾਨ ਵਧੀਆ ਆ ਜਾਂਦਾ ਨਹੀਂ, ਫੋਨ ਟੁੱਟਣ ਦਾ ਖਤਰਾ ਹੁੰਦਾ, ਇਹ ਤੁਹਾਨੂੰ ਵੀ ਆਪਣਾ ਡਿਫਰੈਂਸ਼ੀਅਲ ਲੌਕ ਹੈ। ਉਰੇ ਚਿੱਟਾ ਆਪਾਂ ਤਰ ਗਏ ਸੋ ਅਟਰੈਕਟਿਵ ਲੱਗੇ ਆਪਾਂ। ਹਾਂ, ਆ ਚਿੱਟੀ ਆਪਾਂ ਇੱਥੇ, ਮੈਨੂੰ ਲੱਗਿਆ ਐਕਸੀਡੈਂਟ ਹੋ ਗਿਆ, ਇੱਥੇ ਆਪਾਂ ਚਿੱਟਾ ਸਿੰਗਲ ਤਾਂ ਲਵਾਇਆ ਤਾਂ ਕਿ ਅਟਰੈਕਟਿਵ ਲੱਗੇ, ਅਟਰੈਕਸ਼ਨ ਲੱਗੇ, ਕਿ ਸਾਡੇ ਕੋਲ ਸਿਟੀ ਹੰਡਰਡ ਆ, ਲੋਕਾਂ ਨੂੰ ਪਤਾ ਲੱਗੇ। ਆ ਦੇਖੋ, ਇੱਥੋਂ ਪਤਾ ਲੱਗਦਾ ਕੁਛ ਮੋਡੀਫਾਈਡ ਕੀਤਾ, ਇੱਥੋਂ ਪਤਾ ਲੱਗਦਾ ਜੱਟ ਦੀ ਚੜ੍ਹਾਈ। ਤੇ ਮਿੱਤਰੋ ਆਪਾਂ ਚੱਲੀ ਆਉਣੇ ਤਾਂ ਮਾੜੀ ਜਿਹੀ ਵਿਲੀ ਵਿਲੀ ਮਾਰਦੇ ਹਾਂ ਤੇ ਉਹ ਦਿਖਾਉਂਦੇ ਹਾਂ, ਤੇ ਆਪਾਂ ਟੁੱਜ ਨਹੀਂ ਪਾਵਾਂਗੇ ਹੁਣ ਜਾ ਕੇ ਸਿੱਧਾ। ਲਓ ਜੀ ਮਿੱਤਰੋ, ਅੱਜ ਆਪਾਂ ਤੁਹਾਨੂੰ ਸਿਟੀ ਹੰਡਰਡ ਦੀ ਪਾਵਰ ਦਿਖਾਉਂਦੇ ਹਾਂ। ਨਿਊਟਰਲ ਤੇ ਕਰਤਾ ਸਟਾਰਟ, ਚਾਬੀ ਆਫ ਸੀ ਜੀ, ਸੋਰੀ, ਹੁਣ ਸਟਾਰਟ ਹੋ ਗਿਆ। ਇੱਧਰ ਆ ਜਾਓ, ਤੁਹਾਨੂੰ ਗੇਅਰ ਦਿਖਾਉਣਾ। ਸਪਲੈਂਡਰ ਹੁੰਦਾ ਪਹਿਲੇ ਗੇਅਰ 'ਚ ਵੀ ਨਾ, ਆਹ ਕਲੱਚ ਫੜ ਲਿਆ ਪਹਿਲਾਂ, ਪਹਿਲਾਂ ਪੈ ਗਿਆ ਨਾ, ਆਹ ਦੂਜਾ, ਆਹ ਦੇਖੋ ਪਾਵਰ, ਇੰਨੀ ਪਾਵਰ ਹੈ। ਤੀਜੇ ਦੇ ਟਰੈਕ ਨਹੀਂ ਹੈ, ਤੀਜੇ ਦੇ, ਤੀਜਾ ਤੀਜੇ 'ਚ ਨਹੀਂ, ਤੀਜੇ 'ਚ ਹੁੰਦਾ ਨਹੀਂ। ਚਲੋ ਆਪਾਂ ਗੱਪ ਨਹੀਂ ਮਾਰੀ ਦੀ, ਜਿਹੜਾ 'ਚ ਹੁੰਦਾ ਆਪਾਂ ਉਹੀ ਦੱਸਣਾ ਹੈ ਨਾ, ਅਤੇ ਦੂਜੇ 'ਚ ਹੋ ਜਾਂਦਾ। ਅਤੇ ਇੱਕ ਹੋਰ ਚੀਜ਼ ਦਿਖਾਉਂਦੇ ਹਾਂ ਚੱਲਦੇ 'ਚ, ਮੈਂ ਪਾਵਰ ਦਿਖਾਉਂਦੇ ਹਾਂ ਪਾਵਰ, ਜੇ ਹੁਣ ਪਹਿਲੇ 'ਚ ਵਿਲੀ ਮਾਰੂੰਗਾ ਨਾ, ਦੇਖਿਓ ਕਿਵੇਂ ਹੋਵੇ। ਕੀ ਹੋ ਗਿਆ, ਕੀ ਹੋ ਗਿਆ, ਤੇ ਬਾਕੀ ਹੁਣ ਆਪਾਂ ਟੋਚਨ ਲੈਂਦੇ ਹਾਂ, ਫਿਰ ਤੁਹਾਨੂੰ ਮਿਲਦੇ ਹਾਂ, ਪਾਵਰ ਤਾਂ ਤੁਹਾਨੂੰ ਦਿਖਾ ਦਿਓ। ਯੈਸ, ਲਓ ਜੀ ਮਿੱਤਰੋ, ਸਪਲੈਂਡਰ ਆ ਗਿਆ ਜਿਹਦੇ ਨਾਲ ਟੋਚਨ ਪਾਉਣਾ ਸੀ। ਕਿੱਥੇ ਦੀ ਬਾਈ ਇੰਨੀ ਦੇਰ ਤੇ, ਨਾਕੇ ਦੇ ਨੂੰ ਫੜ ਲਿਆ ਸੀਗਾ ਜੀ, ਫਿਰ ਇਹਨੇ ਸਪਾਰਸ਼ ਸਪੂਰਸ਼ ਲਵਾਈ, ਫਿਰ ਛੱਡਿਆ ਉਹਨਾਂ ਨੇ। ਤੇ ਬਾਕੀ ਹੁਣ ਜਾ ਕੇ ਲਾਉਂਦੇ ਹਾਂ ਟੋਚਨ, ਟਾਪੇ ਟੁੱਪੇ ਨੇ ਪਾ ਲਏ ਹਨਾ, ਪਿਛਲਾ ਹੀ ਪਾ ਨਵਾਂ, ਸੀਟ ਵੀ ਵਧੀਆ, ਖਿੱਚਿਆ ਸੀ ਪਿਛਲੀ ਵਾਰੀ, ਪਰ ਇਹਨੂੰ ਕਿੱਥੇ ਖਿੱਚ ਲਓ, ਅੱਜ ਆਪਾਂ ਇਹਦੇ ਨਾਲ ਪਾਉਣਾ। ਕਿੱਧਰ
ਸੱਜੇ ਚੱਲਦੇ ਆ ਇੱਧਰ ਕੱਚੇ ਥਾਂ ਤੇ ਵਧੀਆ ਟਾਇਰ ਟੂਰ ਘੁਮਾਉਂਦੇ ਆ ਮੈਂ ਚਲਾਊਂਗਾ ਸਿਟੀ ਹੰਡਰਡ ਫਿਰ ਵੀਰ ਚਲਾਊਗਾ ਸਪਲੈਂਡਰ ਫਿਰ ਉਹਦੇ ਬਾਅਦ ਮੈਂ ਚਲਾਊਂਗਾ ਸਪਲੈਂਡਰ ਫਿਰ ਉਹ ਚਲਾਊਗਾ ਇੱਕ ਇੱਕ ਵਾਰੀ ਆਪਾਂ ਚਲਾ ਕੇ ਦੇਖ ਲੈਣੇ ਆ ਤੇ ਪਾਵਰ ਆਪਾਂ ਪਹਿਲੀ ਵਾਰ ਕਰਾਉਣ ਲੱਗੇ ਹਨਾ ਇੱਦਾਂ ਸਟੋਕ ਸਪਲੈਂਡਰ ਤੇ ਸਿਟੀ ਹੰਡਰਡ ਦਾ ਤੇ ਦੇਖਦੇ ਕੀ ਬਣਦਾ ਤੇ ਚਲੋ ਫਿਰ ਆਪਾਂ ਰਸੇ ਬੰਨ ਲਈਏ ਫਿਰ ਮਿਲਦੇ ਹਾਂ ਬਸ ਲੋ ਜੀ ਮਿੱਤਰੋ ਪਹਿਲਾ ਰਾਊਂਡ ਹੋਣ ਲੱਗਾ ਆ ਸਿਟੀ ਹੰਡਰਡ ਵਰਸਿਸ ਸਪਲੈਂਡਰ ਤੇ ਹੁਣ ਦੇਖਦੇ ਕੀ ਬਣਦਾ 1 2 ਲੋ ਜੀ ਮਿੱਤਰੋ ਹੁਣ ਆਪਾਂ ਕਰਨ ਲੱਗੇ ਜੀ ਪੱਕੇ ਥਾਂ ਤੇ ਕੱਚੇ ਥਾਂ ਤੇ ਰਿਸਪੌਂਸ ਨੀ ਆਇਆ ਕੋਈ ਨਾ ਇਹਨੇ ਖਿੱਚਿਆ ਨਾ ਇਹਨੇ ਖਿੱਚਿਆ ਦੋਨਾਂ ਫਸੇ ਰਹੇ ਇੱਕ ਥਾਂ ਤੇ ਉਹ ਮੈਂ ਮਾੜਾ ਜਿਹਾ ਕਲੱਚ ਦੱਬ ਲਿਆ ਸੀ ਤਾਂ ਪਿੱਛੇ ਗਿਆ ਸੀਗਾ ਹੁਣ ਆਪਾਂ ਪੱਕੇ ਦੇ ਪਾ ਕੇ ਦੇਖਦੇ ਆ ਤੇ ਐਤਕੀ ਹੁਣ ਚਲਾਊਗਾ ਹਰਵੀਰ ਸਪਲੈਂਡਰ ਤੇ ਹੁਣ ਦੇਖਦੇ ਕੀ ਬਣਦਾ ਉਹ ਤੂੰ ਚਲਾਈ ਜਾਤਾ ਸਿਟੀ ਹੰਡਰਡ ਤੂੰ ਚਲਾ ਸਿਟੀ ਹੰਡਰਡ ਕਲੱਚ ਨਾ ਦੱਬੀ ਬਸ ਭਾਰ ਚੱਕ ਲਈ ਜਮਾਂ ਤੇ ਹੁਣ ਆਪਾਂ ਪੱਕੇ ਦੇ ਲਾ ਕੇ ਦੇਖਦੇ ਕੀ ਬਣਦਾ ਆ ਤੇ ਫਿਰ ਤੁਹਾਨੂੰ ਵਲੌਗ 'ਚ ਦੱਸਾਂਗੇ ਗਾਈਸ ਹੁਣ ਹਨਾ ਚਲੋ ਗਾਈਸ ਹੁਣ ਹਨਾ ਪੱਕੇ ਤੇ ਪਾਉਣ ਲੱਗੇ ਆ ਚੱਲ ਇੱਕ ਚਲੋ ਗਾਈਸ ਹੁਣ ਬੰਦਾ ਚੇਂਜ ਹੋ ਗਿਆ ਦਿਵਰਾਜ ਆ ਗਿਆ ਸੀ ਜੈਨ ਤੇ ਹਰਵੀਰ ਆ ਗਿਆ ਸਪਲੈਂਡਰ ਤੇ ਆਪਣੇ ਤੇ ਗਾਈਸ ਹੁਣ ਸਟਾਰਟ ਹੋਣ ਲੱਗਾ 1 2 3 ਚਲੋ ਗਾਈਸ ਹੁਣ ਦੂਜਾ ਰਾਊਂਡ ਲੱਗਾ ਲੱਗਾ ਪਹਿਲਾਂ ਹਨਾ ਇੱਕ ਸਾਈਡ ਤੇ ਚੱਲ ਗਿਆ ਸੀਗਾ ਬਾਈਕ ਹੁਣ ਦੁਬਾਰਾ ਤੇ ਇੱਕ ਰਾਊਂਡ ਦਾ ਚਲੋ ਗਾਈਸ ਹੁਣ ਦੂਜਾ ਰਾਊਂਡ ਲੱਗਾ ਲੱਗਾ 1 2 3 ਚਲੋ ਗਾਈਸ ਹੁਣ ਰੱਸਾ ਵਗੈਰਾ ਲੋਡ ਕਰ ਲਿਓ ਤੀਜਾ ਰਾਊਂਡ ਲੱਗਾ ਲੱਗਾ ਵਾ ਪਹਿਲਾਂ ਹਨਾ ਰੱਸਾ ਟੇਢਾ ਸੀ ਤਾਂ ਕਿ ਸੀਟੀਐਨ ਟੇਢਾ ਚੱਲ ਜਾਂਦਾ ਸੀ ਹੁਣ ਆਪਾਂ ਰੱਸਾ ਵਗੈਰਾ ਸਹੀ ਕੀਤਾ ਚਲੋ ਗਾਈਸ ਹੁਣ ਸਟਾਰਟ ਹੋਣ ਲੱਗਾ 1 ਸੈਂਟਰ ਕਰ ਲਓ ਪਹਿਲਾਂ ਰੋਕ ਲਓ ਬਸ ਰੇ 1 2 3
ਚੌਥਾ ਰਾਊਂਡ ਲੱਗਾ ਲੱਗਾ ਦਿਵਰਾਜ ਉਹ ਵਾਲੇ ਬਾਈਕ ਤੇ ਚੱਲ ਗਿਆ ਤੇ ਹਰਵੀਰ ਆ ਰਹੇ ਤੇ 1 2 3 ਸਪਲੈਂਡਰ ਫੇਰਨੇ ਜਾ ਰਿਹਾ ਔਰ ਸੀਟੇਟ ਲੜ ਗਿਆ ਸੀ ਲੋਈ ਹੁਣ ਫੇਰ ਟੋਜਨ ਆ ਦਾ ਕਾਣ ਜਿਆ ਕਰਤਾ ਚਲੋ 1 2 3 ਬੰਦ ਹੋ ਗਿਆ ਮੈਨੂੰ ਦੇ ਦੀ ਕੋਈ ਨੀ ਬਸ ਸਾਈਡ ਤੇ ਲਾਓ ਸਾਈਡ ਲਾਈਟ ਵੀ ਟੁੱਟ ਗਈ ਤੇ ਹੋਰ ਕੀ ਹੋ ਗਿਆ ਹੋਰ ਇਹਨੂੰ ਚੈੱਕ ਕਰਦੇ ਆ ਕੀ ਹੋਇਆ ਕਲੱਚ ਛੱਡੀ ਛੱਡ ਦੇ ਬਾਕੀ ਇਹ ਸਹੀ ਆ ਹਜੇ ਰੱਸੇ ਪਾ ਕਰ ਲਾ ਬੈਗ ਚੱਲੀ ਆ ਪੱਗ ਜਾ ਕੇ ਸੈੱਟ ਕਰਦੇ ਇਹਨੂੰ ਜੀ ਮੁੰਡਿਓ ਟਾਇਰ ਦੇਖੋ ਕਿੰਨੇ ਕੁ ਸਾਥ ਤੇ ਆਹ ਚੈੱਕ ਕਰੋ ਜੀ ਟਾਇਰ ਪਰ ਟਾਇਰਾਂ ਨੂੰ ਓਦਾਂ ਨਹੀਂ ਨਾ ਦੇਖਣ ਨੂੰ ਫਰਕ ਨਹੀਂ ਲੱਗਦਾ ਕੋਈ ਪਹਿਲਾਂ ਦੀਆਂ ਕਲੱਚ ਪਲੇਟਾਂ ਦੇਖਦੇ ਆ ਚਲੋ ਚੱਲੀਏ ਰੱਸੇ ਪਾਓ ਇਹ ਬੈਗ ਚ ਪਾਓ ਸੈਮੀ ਲਓ ਵੀ ਮਿੱਤਰੋ ਦੁਕਾਨ ਤੇ ਆ ਗਏ ਸੀ ਆਪਾਂ ਤੇ ਬਾਕੀ ਕਲੱਚ ਪਲੇਟਾਂ ਪੈ ਰਹੀਆਂ ਨੇ ਤੇ ਪਿੱਛੇ ਥੋੜੀ ਜਿਹੀ ਨੋਇਸ ਹੋਣੀ ਹੈ ਇਗਨੋਰ ਕਰਿਓ ਬਾਕੀ ਮੁੰਡੇ ਦਾ ਸਪਲੈਂਡਰ ਕੀ ਕਹਿੰਦਾ ਬਾਈ ਸਪਲੈਂਡਰ ਚੱਲਿਆ ਤਾਂ ਵਧੀਆ ਪਰ ਕਲੱਚ ਪਲੇਟਾਂ ਝਾੜ ਗਿਆ ਜਿਹੜਾ ਤਗੜਾ ਹੁੰਦਾ ਝਾੜ ਜਾਂਦਾ ਹੁੰਦਾ ਮੇਰਾ ਵੀ ਝਾੜ ਗਿਆ ਜੀ ਪਿਛਲੀ ਵਾਰੀ ਕਿੱਥੇ ਗਿਆ ਸਪਲੈਂਡਰ ਉਹ ਖੜਾ ਜੀ ਹੁਣ ਸਪਲੈਂਡਰ ਦਿਖਾ ਦਿੰਦੇ ਹਾਂ ਜੀ ਵਰਕਸ਼ਾਪ ਤੇ ਅਸੀਂ ਖੜਾਤਾ ਹੈ ਤੇ ਮਿਸਤਰੀ ਜੀ ਕਰ ਦੇਣਗੇ ਲੋਡ ਹਟਾ ਕੰਮ ਹੋਜੂ ਕੈਮ ਪੂਰਾ ਐਂਡ ਪਿਕਅਪ ਚਾਹੀਦੀ ਆ ਗੱਲਬਾਤ ਵਾਲੀ ਤੇ ਬਾਕੀ ਹੁਣ ਕਰਾ ਲੈਂਦੇ ਹਾਂ ਇਹਨੂੰ ਲੋਟ ਤੇ ਆਪਾਂ ਆਪਣਾ ਸੀਟੀ 100 ਉਹ ਪਾਸੇ ਖੜਾਤਾ ਤੇ ਇੱਕ ਆਇਆ ਜੀ ਸਾਡੇ ਕੋਲ ਬੁਲਟ ਮੋਡੀਫਿਕੇਸ਼ਨ ਵਾਲਾ ਬੁਲਟ ਮੋਡੀਫਾਈਡ ਬੁਲਟ ਆਇਆ ਜੀ ਡਿਸਕ ਬ੍ਰੇਕ ਚੌੜਾ ਟਾਇਰ ਚੌੜਾ ਮਗਰਾੜ ਚੌੜੀ ਲੈਟ ਤੇ ਚੌੜਾ ਇੰਜਨ ਸਟੋਕ ਆ ਜੀ ਸਾਰਾ ਕੋਈ ਪਟਾਕਿਆਂ ਵਾਲਾ ਸਿਲੈਂਸਰ ਨਹੀਂ ਹੈਗਾ ਇਹ 'ਚ ਇਹ ਪੁੱਠੇ ਗੇਰਾਂ ਵਾਲਾ ਵਾ ਪੁੱਠੇ ਗੇਰਾਂ ਵਾਲਾ ਇਹ ਹਰਵੀਰ ਨੇ ਪੁੱਠੇ ਗੇਰਾਂ ਵਾਲਾ ਵੇਚ ਕੇ ਆ ਲਿਆਂਦਾ ਮਾਰੀ ਸੈਲਫ ਮਾਰੀ ਆਵਾਜ਼ ਨਹੀਂ ਆਵਾਜ਼ ਬਹੁਤ ਵਧੀਆ ਮੂਡਰ ਨਹੀਂ ਲੜਾ
ਕਲੱਚ ਦੱਬ ਕੇ ਕਿੱਕ ਮਾਰ ਦੇ, ਕਲੱਚ ਦੱਬ ਕੇ ਸੈਲਫ ਮਾਰ ਲਾ, ਕਿੱਕ ਤਾਂ ਹੋਣੀ ਨਹੀਂ ਇੱਥੇ। ਕਿੱਕ ਲੋ ਜੀ ਮਤਲਬ ਬੁਲਟ ਵਾਲਿਆਂ ਨੇ ਕਿੱਕ ਹੀ ਕੱਢਤੀ ਜੀ, ਬੁਲਟ ਚੋਂ ਕੱਢ ਲਓ। ਉਹ ਚੱਲ ਗੇੜਾ ਕਢਾਵਾਂ ਦਾ, ਚਲਾ ਆਵਾਜ਼ ਚੈੱਕ ਕਰੀ ਜੀ ਕਿੱਦਾਂ ਦੀਗਾ ਭਜਾਈ ਮਾੜਾ ਜਿਹਾ। ਚੱਲਣ 'ਚ ਤਾਂ ਕੰਫਰਟੇਬਲ ਹੋਣਾ ਪੂਰਾ, ਹੈ ਨਾ। ਬਾਕੀ ਮਿੱਤਰੋ ਹੁਣ ਆਪਾਂ ਉਹਦੀਆਂ ਕਲੱਚ ਪਲੇਟਾਂ ਦਾ ਪਾਤੀਆਂ ਸੀ ਸਪਲੈਂਡਰ ਦੀਆਂ, ਅਤੇ ਉਹ ਮੁੰਡਾ ਵੀ ਚਲਾ ਗਿਆ ਘਰੇ, ਅਤੇ ਹੁਣ ਆਪਾਂ ਵੀ ਚੱਲੀਏ ਘਰੇ। ਅਤੇ ਟੋਚਨ ਦਾ ਤੁਸੀਂ ਦੇਖ ਹੀ ਲਿਆ ਹੈ ਨਾ, ਦੋਨਾਂ ਨੇ ਵਧੀਆ ਜ਼ੋਰ ਮਾਰਿਆ, ਸੀ ਡੀ ਐਂਡਰਾਇਡ ਨੇ ਵੀ ਵਧੀਆ ਮਾਰਿਆ, ਸਪਲੈਂਡਰ ਨੇ ਵੀ ਵਧੀਆ ਮਾਰਿਆ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਵੀਡੀਓ ਨੂੰ ਲਾਈਕ ਕਰ ਦਿਉ, ਅਤੇ ਕਮੈਂਟ ਕਰਕੇ ਦੱਸਿਓ ਕਿਹੜਾ ਬਾਈਕ ਤੁਹਾਨੂੰ ਵੱਧ ਪਾਵਰਫੁੱਲ ਲੱਗਿਆ, ਅਤੇ ਆਪਣੇ ਬਾਈਕ ਦਾ ਨਾਮ ਵੀ ਕਮੈਂਟ ਕਰੀਓ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਫਿਰ ਕਿਸੇ ਹੋਰ ਘੈਂਟ ਦੇ ਵਲੌਗ 'ਚ, ਟਿਲ ਦੈਨ ਟੇਕ ਕੇਅਰ, ਬਾਏ ਬਾਏ, ਲਵ ਯੂ ਆਲ।